ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾਸ ਸਾਹਿਬ ਜੀ ਦੇ ਸਾਹਮਣੇ ਫੇਰ ਹਾਜ਼ਰ ਹੋਇਆ ਕੌਮ ਦੇ ਮਹਾਨ ਨਿੰਦਕ ਅਤੇ ਮੱਕਾਰ ਅਮਰੀਕ ਸਿੰਘ ਚੰਡੀਗੜ੍ਹੀ ਦੀ ਗੱਲ ਲੈ ਕੇ। ਅਮਰੀਕ ਸਿੰਘ, ਦੇਖ ਤੇਰੇ ਜਿੰਨਾ ਝੂਠਾ ਅਤੇ ਮੱਕਾਰ ਬੰਦਾ ਮੈਂ ਨਹੀਂ ਦੇਖਿਆ ਕਦੇ। ਪਹਿਲਾਂ ਤਾਂ ਤੂੰ ਗੁਰੂ ਘਰ ਦੀ ਨਿੰਦਿਆ ਕਰਦਾ ਏ, ਇਤਿਹਾਸ ਨੂੰ ਤੂੰ ਖੰਡਨ ਕਰਦਾ ਏ, ਅਤੇ ਫਿਰ ਜਦ ਤੇਰੇ ਜੁੱਤੀਆਂ ਲੱਗੀਆਂ ਚਾਰ ਤੇ ਦੇਖ ਤੂੰ ਕਿੰਨਾ ਗਲਤ ਕੰਮ ਕੀਤਾ, ਫਿਰ ਕਹੀ ਜਾਂਦਾ ਮੈਂ ਤਾਂ ਮਾਫ਼ੀ ਮੰਗੀ ਓ ਨਹੀਂ। ਅਮਰੀਕ ਸਿੰਘ, ਮਾਫ਼ੀ ਤੂੰ ਤਾਂ ਕੀ ਤੇਰਾ ਬਾਪ ਵੀ ਮੰਗੂ। ਅਤੇ ਹੁਣ ਗੁਰਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਇਹ ਦੱਸ ਦੇਣਾ ਚਾਹੁੰਦਾ ਕਿ ਕਿਉਂ ਇੰਗਲੈਂਡ ਵਿੱਚ ਇਹ ਜੁੱਤੀਆਂ ਖਾ ਕੇ ਆਏ ਆ ਅਤੇ ਕਿਸ ਤਰ੍ਹਾਂ ਇਹ ਗੁਰੂ ਘਰ ਸਭ ਤੋਂ ਵੱਡਾ ਨਿੰਦਕ ਆ ਇਹ। ਸਭ ਤੋਂ ਪਹਿਲਾਂ ਦੇਖੋ, ਮੈਂ ਦੱਸਣਾ ਚਾਹੁੰਦਾ, ਇਹ ਮੂਰਖ ਕਹਿੰਦਾ, ਇਹ ਕਹਿੰਦਾ ਰਹਿਤ ਨੂੰ ਮੈਂ ਨਹੀਂ ਮੰਨਦਾ, ਨਾ ਮੈਂ ਝੂਠ ਨੂੰ ਮੰਨਦਾ ਏ। ਇਹ ਕਹਿੰਦਾ ਵੀ ਮੇਰੇ ਨਾਲ ਇਹ ਮੇਰੇ ਪੁੱਤ ਪੋਤੇ ਰੋਟੀ ਖਾਈ ਜਾਂਦੇ ਨੇ, ਮੈਂ ਨਹੀਂ ਝੂਠ ਨੂੰ ਮੰਨਦਾ। ਕੇਸੀ ਇਸ਼ਨਾਨ ਨੂੰ ਇਹ ਕਹਿੰਦਾ ਮੈਂ ਨਹੀਂ ਮੰਨਦਾ, ਕਹਿੰਦਾ ਜੋ ਨੌਕਰੀਆਂ ਵਾਲੇ ਨੇ ਉਹ ਕੇਸੀ ਇਸ਼ਨਾਨ ਕਿਵੇਂ ਕਰਨ। ਫਿਰ ਦੇਖ ਲਓ, ਇਹ ਕਹਿੰਦਾ ਮੈਂ ਨਹੀਂ ਮੰਨਦਾ ਕਿ ਰਹਿਤ ਨੂੰ, ਰਹਿਤਨਾਮਿਆਂ ਨੂੰ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਨਿਗੋਰੇ ਦਾ ਖਾਣਾ ਨਹੀਂ ਚਾਹੀਦਾ, ਗੁਰੂ ਵਾਲੇ ਦੇ ਹੱਥੋਂ ਲੈ ਕੇ ਖਾਓ। ਇਹ ਕਹਿੰਦਾ ਕਹਿੰਦਾ ਫਿਰ ਤਾਂ ਮੱਝਾਂ ਨੂੰ ਵੀ ਅੰਮ੍ਰਿਤ ਛਕਾਓ ਪਹਿਲਾਂ। ਪਹਿਲਾਂ ਮੱਝਾਂ ਨੂੰ ਗੁਰੂ ਵਾਲੇ ਬਣਾਓ ਤਾਂ ਛਕਾਂਗੇ। ਇਹ ਇਸ ਤਰ੍ਹਾਂ ਨਿੰਦਿਆ ਕਰ ਰਿਹਾ, ਰਹਿਤਨਾਮਿਆਂ ਨੂੰ ਠੁਕਰਾ ਰਿਹਾ। ਫਿਰ ਦੇਖੋ, ਇਹ ਕਹਿੰਦਾ ਲੰਗਰ ਨੇ, ਛਬੀਲਾਂ ਨੇ, ਸਭ ਪੈਸੇ ਦੀ ਬਰਬਾਦੀ ਆ। ਕਹਿੰਦਾ ਤੁਸੀਂ ਲੋਕਾਂ ਨੂੰ ਸ਼ੂਗਰ ਕਰਕੇ ਮਾਰ ਦੋਗੇ ਛਬੀਲਾਂ ਲਾ ਕੇ। ਸੋ ਗੁਰਮੁਖੋ, ਇਹਦੀ ਗਲਤੀਆਂ ਦਾ ਕੋਈ ਅੰਤ ਨਹੀਂ। ਸਭ ਤੋਂ ਵੱਡਾ ਇਹ ਨਿੰਦਕ ਆ ਗੁਰੂ ਘਰ ਦਾ। ਇਹਦੀ ਚੈੱਕ ਕਰਿਓ ਤੁਸੀਂ ਯੂਟਿਊਬ 'ਤੇ ਵਿਸਾਖੀ ਕਥਾ ਪਾਰਟ 1। ਵਿਸਾਖੀ ਦੀ ਕਥਾ ਵਿੱਚ ਇਹ ਕਹਿੰਦਾ ਨਾ ਪਾਪੀ ਬੰਦਾ, ਇਹ ਕਹਿੰਦਾ ਵੀ ਗੁਰੂ ਸਾਹਿਬ ਨੇ ਪੰਜ ਪੈਰਾਂ ਦੇ ਸਿਰ ਨਹੀਂ ਸੀ ਵੱਡੇ। ਬਸ ਤੰਬੂ ਦੇ ਅੰਦਰ ਲਿਜਾ ਕੇ ਨਾ ਉਹਨਾਂ ਨੂੰ ਸਮਝਾਇਆ ਸੀ, ਉਹਨਾਂ 'ਚ ਵੀਰਤਾ ਭਰਤੀ ਸੀ, ਸਿਰ ਨਹੀਂ ਸੀ ਵੱਡੇ ਕਹਿੰਦਾ। ਫਿਰ ਜਿਹੜੀ ਇਹਦੀ ਚੈੱਕ ਕਰਿਓ ਹੈਗੀ ਆ ਸਾਖੀ ਗੁਰੂ ਹਰਕ੍ਰਿਸ਼ਨ ਜੀ, ਉਸ ਵਿੱਚ ਇਹ ਕਹਿੰਦਾ ਨਾ ਕਿ ਛੱਜੂ ਝੋਰ ਕਹਿੰਦਾ ਗੂੰਗਾ ਜਾਂ ਬੋਲਾ ਨਹੀਂ ਸੀ। ਸਗੋਂ ਕਹਿੰਦਾ ਉਹ ਤਾਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਸੀ ਅਤੇ ਗੁਰੂ ਘਰ 'ਚ ਪਹਿਲਾਂ ਆਉਂਦਾ ਰਹਿੰਦਾ ਸੀ ਅਤੇ ਉਹਨੇ ਸਾਰੇ ਗੀਤਾ ਦੇ ਅਰਥ ਵਗੈਰਾ ਸ਼ਲੋਕਾਂ ਦੇ ਪਹਿਲਾਂ ਤੋਂ ਹੀ ਕੀਤੇ ਹੋਏ ਸੀ। ਜਾਣੀਆਂ ਨੇ ਸ਼ੋਅ ਕੀਤਾ ਕਿ ਅੱਠਵੇਂ ਪਾਤਸ਼ਾਹ ਤਾਂ ਬੱਚੇ ਸੀ, ਉਹ ਸ਼ਕਤੀ ਨਹੀਂ ਸੀ ਮਾਰੀ ਉਹਨਾਂ ਨੇ, ਕੋਈ ਛੜੀ ਨਹੀਂ ਸੀ ਸਿਰ 'ਤੇ ਰੱਖੀ। ਕਹਿੰਦਾ ਅਰਥ ਪਹਿਲਾਂ ਤੋਂ ਹੀ ਆਉਂਦੇ ਸੀ। ਸੋ ਕਹਿਣ ਤੋਂ ਭਾਵ ਗੁਰਮੁਖੋ ਵੀ ਇਹਦੀ ਮੂਰਖ ਦੇ ਗਲਤੀਆਂ ਦਾ ਕੋਈ ਅੰਤ ਨਹੀਂ, ਇਸ ਤੋਂ ਵੱਡਾ ਕੌਮ ਦਾ ਕੋਈ ਨਿੰਦਕ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਤੋਂ ਵੱਡੀ ਕੋਈ ਬੇਅਦਬ ਨਹੀਂ ਹੋ ਸਕਦੀ ਵੀ ਭਗਤਾਂ ਨੂੰ ਇੱਕ ਮਾਮੂਲੀ ਜਿਹਾ ਪ੍ਰਚਾਰਕ ਦਿਖਾਉਣਾ ਅਤੇ ਗੁਰੂ ਸਾਹਿਬ ਨੂੰ ਅੱਠਵੇਂ ਪਾਤਸ਼ਾਹ ਨੂੰ ਇੱਕ ਮਾਮੂਲੀ ਜਿਹਾ ਬੱਚਾ ਦਿਖਾਉਣਾ, ਜਾਂ ਵੀ ਇਹ ਤਾਂ ਸਿੰਪਲ ਇੱਕ ਸਾਫ਼ ਦਿਲ ਵਾਲੇ ਬੰਦੇ ਸੀ, ਕੋਈ ਭਗਤੀ ਸ਼ਕਤੀ ਨਹੀਂ ਸੀ ਲੈ ਕੇ ਆਏ। ਸੋ ਰਣਜੀਤ ਸਿੰਘ, ਅਮਰੀਕ ਸਿੰਘ, ਅਮਰੀਕ ਸਿੰਘ ਚੰਡੀਗੜ੍ਹੀ, ਹੁਣ ਧਿਆਨ ਨਾਲ ਸੁਣ ਲਾ ਗੱਲ, ਤੂੰ ਯੂਟਿਊਬ ਤੋਂ ਇਹ ਜੋ ਦੱਸੀਆਂ ਨੇ ਮੈਂ ਸਾਖੀਆਂ, ਇਹ ਡਿਲੀਟ ਕਰਨ ਦੀ ਕੋਈ ਕੋਸ਼ਿਸ਼ ਨਾ ਕਰੀ, ਕਿਉਂਕਿ ਇਹ ਅਸੀਂ ਡਾਊਨਲੋਡ ਕਰ ਚੁੱਕੇ ਹਾਂ। ਅਤੇ ਚਾਹੇ ਹੁਣ ਜਥੇਦਾਰ ਜੀ ਨੇ, ਹਵਾਰਾ ਜੀ, ਚਾਹੇ ਹੋਰ ਜੁਝਾਰੂ ਸਿੰਘ ਨੇ ਜੋ ਵੀ ਜੇਲ੍ਹਾਂ 'ਚ ਬੰਦ ਨੇ ਜਾਂ ਜੋ ਬਾਹਰ ਆ ਚੁੱਕੇ ਨੇ, ਉਹਨਾਂ ਸਾਰਿਆਂ ਨੂੰ ਹੁਣ ਅਸੀਂ ਕੋਲ ਬਿਠਾ ਕੇ ਤੇਰੀਆਂ ਇਹ ਸਾਰੀਆਂ ਕਲਿਪਸ ਸੁਣਾਵਾਂਗੇ, ਸਾਰੀਆਂ ਦੇ ਸਾਰੀਆਂ। ਇਹ ਨਾਲ ਦੀ ਨਾਲ ਤੈਨੂੰ ਬਿਠਾ ਕੇ ਉਹ ਬੰਦੇ ਪੇਸ਼ ਕਰਾਂਗੇ ਜਿਨ੍ਹਾਂ ਸਾਹਮਣੇ ਤੂੰ ਮੁਰਗੇ ਖਾ ਕੇ ਆਏ ਆ। ਇੰਗਲੈਂਡ ਵਿੱਚ ਤੂੰ ਜਾਂਦਾ ਪ੍ਰਚਾਰ ਕਰਨਾ ਅਤੇ ਜਿਹੜੇ ਲੋਕ ਤੈਨੂੰ ਘਰੇ ਇੱਕ ਚੰਗਾ ਪ੍ਰਚਾਰਕ ਸਾਹਮਣੇ ਸਮਝ ਕੇ ਲੈ ਕੇ ਆਉਂਦੇ ਨੇ,
ਉੱਥੇ ਤੂੰ ਮੁਰਗੇ ਬਣਾ ਬਣਾ ਖਾਂਦਾ।